ਪਰਮਾਤਮਾ ਦੇ ਪ੍ਰਤੀ ਸ਼ਰਧਾ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ। ਮਨੁੱਖ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤਦਾ ਹੈ ਆਪਣੇ ਹੀਲਿਆਂ ਦੇ ਮੁਤਾਬਕ, ਆਪਣੀ ਹੈਸੀਅਤ ਦੇ ਮੁਤਾਬਕ ਉਸ ਪਰਵਤਗਾਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦਾ ਯਤਨ ਕਰਦਾ ਹੈ, ਕਈ ਤਰੀਕੇ ਵਰਤਦਾ ਹੈ। ਜੇਕਰ ਮੌਜੂਦਾ ਦਿਨਾਂ ਦੀ ਗੱਲ ਕਰੀਏ ਤਾਂ ਹੇਮਕੁੰਟ ਸਾਹਿਬ ਦੇ ਕਵਾੜ ਜਿਹੜਾ ਉਹ 1 ਜੂਨ ਤੋਂ ਖੁੱਲ੍ਹ ਰਹੇ ਹਨ। ਚੰਡੀਗੜ੍ਹ ਤੋਂ ਹੇਮਕੁੰਟ ਸਾਹਿਬ ਦਾ ਜੋ ਪੈਂਡਾ ਹੈ, ਕਰੀਬ 500 ਕਿਲੋਮੀਟਰ ਦੀ ਇਹ ਦੂਰੀ ਬਣਦੀ ਹੈ। ਜੇਕਰ ਅਸੀਂ ਵਾਹਨਾਂ 'ਤੇ ਵੀ ਆਉਂਦੇ ਹਾਂ ਤਾਂ ਇੱਕ ਵਾਰ ਬੜਾ ਸੋਚ ਅਤੇ ਜਿਹੜਾ ਸੋਚਣਾ ਪੈਂਦਾ ਹੈ, ਕਿਉਂਕਿ ਬੜਾ ਲੰਬਾ ਸਫ਼ਰ ਹੈ, 3-4 ਪੜਾਵ ਉਹ ਕਰਨੇ ਪੈਂਦੇ ਨੇ। ਪਰ ਜਿਹੜੀ ਸ਼ਰਧਾ ਹੈ ਉਹ ਮੁਹਤਾਜ ਕਿਸੇ ਵੀ ਚੀਜ਼ ਦੀ ਮੁਹਤਾਜ ਨਹੀਂ ਹੁੰਦੀ। ਚੰਡੀਗੜ੍ਹ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੇ 9 ਦਿਨਾਂ ਦੇ ਵਿੱਚ ਇਹ 500 ਕਿਲੋਮੀਟਰ ਦਾ ਜਿਹੜਾ ਪੈਂਡਾ ਹੈ ਉਹ ਪੈਦਲ ਤੈਅ ਕੀਤਾ। ਸਾਡੇ ਨਾਲ ਮੌਜੂਦ ਨੇ, ਤਕਰੀਬਨ ਜਿਹੜਾ ਆਪਣੀ ਮੰਜ਼ਿਲ 'ਤੇ ਪਹੁੰਚ ਚੱਲੇ ਨੇ। ਪਹਿਲੀ ਵਾਰ ਆਏ ਹੋ ਕਿ ਹਰ ਸਾਲ ਆਉਂਦੇ ਹੋ ਜੀ? ਮੈਂ ਹਰ ਸਾਲ ਆਉਂਦਾ, ਤਕਰੀਬਨ 8-9 ਸਾਲ ਤੋਂ ਮੈਂ ਲਗਾਤਾਰ ਆ ਰਿਹਾ। ਕਿਵੇਂ ਮਨ ਦੇ ਵਿੱਚ ਆਇਆ ਪੈਦਲ ਗੁਰੂ ਸਾਹਿਬਾਨ ਦੇ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਲੋਕ ਜਿਹੜਾ ਰਿਸ਼ੀਕੇਸ਼ ਤੱਕ ਆਉਂਦੇ ਨੇ, ਰਿਸ਼ੀਕੇਸ਼ ਤੋਂ ਇੱਕ ਜਿਹੜੀ ਪਹਾੜੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਅਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਲਵਲੇ ਆਉਣੇ ਸ਼ੁਰੂ ਹੋ ਜਾਂਦੇ ਨੇ, ਅਤੇ ਤੁਸੀਂ ਚੰਡੀਗੜ੍ਹ ਤੋਂ ਲੈ ਕੇ ਇੱਥੋਂ ਤੱਕ 500 ਕਿਲੋਮੀਟਰ ਤੱਕ ਦਾ ਜਿਹੜਾ ਸਫ਼ਰ ਉਹ ਪੈਦਲ ਕਰਕੇ ਆਏ ਹੋ? ਐਕਚੁਅਲੀ ਕੀ ਹੈ ਕਿ ਪਿਛਲੇ 4-5 ਸਾਲ ਤੋਂ ਮੈਂ ਲਗਾਤਾਰ ਸੋਚ ਰਿਹਾ ਸੀਗਾ ਕਿ ਮੈਂ ਪੈਦਲ ਆਉਣਾ ਹੈ। ਸੋਚਦਾ ਸੀਗਾ ਕਦੇ ਅਕਤੂਬਰ 'ਚ ਆਉਣਾ, ਫਿਰ ਮਈ 'ਚ ਆਉਣਾ, ਹਰ ਸਾਲ ਪਿੱਛੇ ਹੋ ਜਾਂਦਾ ਸੀਗਾ। ਅਤੇ ਇਸ ਸਾਲ ਸੋਚਿਆ ਕਿ ਨਹੀਂ, ਇਹ ਤਾਂ ਕਰਨਾ ਹੈ ਕਿ ਆਪਾਂ ਕਰਕੇ ਦੇਖਦੇ ਹਾਂ। ਕਈ ਵਾਰ ਮੈਂ ਦੇਖਿਆ ਸੀਗਾ, ਮੈਂ ਪਿਛਲੇ 8-9 ਸਾਲ ਤੋਂ ਲਗਾਤਾਰ ਆ ਰਿਹਾ, ਕੁਛ ਜੱਥੇ ਆਉਂਦੇ ਆ ਅੰਮ੍ਰਿਤਸਰ ਸਭ ਤੋਂ, ਅਤੇ ਉਹ ਬਜ਼ੁਰਗ ਹੁੰਦੇ ਆ, ਉਹ ਆਉਂਦੇ ਬੜਾ ਹੌਲੀ ਹੌਲੀ ਹੈ, ਤਕਰੀਬਨ 1.5 ਮਹੀਨੇ ਦੇ ਵਿੱਚ ਉਹ ਕੰਪਲੀਟ ਕਰਦੇ ਆ। ਪਰ ਸੀਗਾ ਕਿ ਅਗਰ ਉਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਅਤੇ ਇਸ ਕਰਕੇ 22 ਤਰੀਕ ਨੂੰ ਆਪਾਂ ਇਹ ਯਾਤਰਾ ਸ਼ੁਰੂ ਕੀਤੀ ਸੀਗੀ, ਅਤੇ ਅੱਜ 30 ਤਰੀਕ ਨੂੰ ਤਕਰੀਬਨ ਆਪਾਂ ਪਹੁੰਚ ਚੁੱਕੇ ਹਾਂ ਗੋਬਿੰਦਘਾਟ। ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ 2 ਪੜਾਵ ਆਉਂਦੇ ਨੇ, ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ। ਉਹ ਜਿਹੜੀ ਉਹ ਚੜ੍ਹਾਈ ਹੁੰਦੀ ਹੈ 8 ਕਿਲੋਮੀਟਰ ਦੀ ਜਾਂ 13 ਕਿਲੋਮੀਟਰ ਦੀ, ਉਸ ਕਈ ਸੰਗਤ ਮੇਰੇ ਵਰਗੇ ਵੀ ਉੱਥੇ ਬਸ ਕਰ ਜਾਂਦੇ ਨੇ। ਪਰ ਤੁਸੀਂ 500 ਕਿਲੋਮੀਟਰ ਦਾ ਜਿਹੜਾ ਪੈਂਡਾ ਹੈ, ਇਹਦੇ ਲਈ ਪਹਿਲਾਂ ਵੀ ਤਿਆਰੀ ਜਿਹੜਾ ਆਰੰਭ ਕਰਦੇ ਹੋ, ਜਾਂ ਕਿਸੇ ਤਰ੍ਹਾਂ ਨਾਲ ਆਪਾਂ ਕਹਿ ਲਈਏ ਕਿ ਕੋਈ ਐਕਸਰਸਾਈਜ਼ ਜਾਂ ਕੁਝ ਹੋਰ? ਐਕਚੁਅਲੀ ਮੈਂ ਰਨਿੰਗ ਕਰਦਾ ਰੈਗੂਲਰ ਬੇਸਿਸ 'ਤੇ, ਅਤੇ ਜਿਹੜਾ ਅਗਰ ਹੇਮਕੁੰਟ ਸਾਹਿਬ ਦੀ ਚੜ੍ਹਾਈ ਦੀ ਗੱਲ ਕਰੀਏ ਤਾਂ ਹਰ ਸਾਲ ਤਕਰੀਬਨ ਅਗਰ ਮੈਂ ਸਵੇਰੇ 6 ਵਜੇ ਸਟਾਰਟ ਕਰਦਾ ਤਾਂ 12-1 ਵਜੇ ਥੱਲੇ ਆ ਜਾਈਦਾ ਮੱਥਾ ਟੇਕ ਕੇ ਦੋਨੋਂ ਪੜਾਵ ਨੂੰ। ਅਤੇ ਜਿਹੜੀ ਨੋਰਮਲ ਚੰਡੀਗੜ੍ਹ ਦੀ ਆਪਣੀ ਰੂਟੀਨ ਲਾਈਫ ਹੈ, ਉਹ 'ਚ ਵੀ 20-30 ਕਿਲੋਮੀਟਰ ਆਪਣੀ ਨੋਰਮਲ ਰਨਿੰਗ ਹੋ ਜਾਂਦੀ ਹੈ, ਅਤੇ 1 ਦਿਨ ਛੱਡ ਕੇ 2 ਦਿਨ ਛੱਡ ਕੇ, ਅਤੇ ਐਵਰੇਜ ਜਿਹੜਾ ਸਾਡਾ ਡੇਲੀ ਰੂਟੀਨ ਹੈ ਉਹ 10 ਕਿਲੋਮੀਟਰ ਦਾ ਤਾਂ ਹੈ ਹੀ ਹੈਗਾ। ਨਾਲ ਜਿਸ ਤਰ੍ਹਾਂ ਤੁਸੀਂ 9 ਵਜੇ ਸਵੇਰੇ ਸ਼ੁਰੂਆਤ ਕਰਦੇ ਹੋ ਅਤੇ ਸ਼ਾਮ 1 ਦਿਨ ਦੇ ਵਿੱਚ ਕਿੰਨਾ ਕਿਲੋਮੀਟਰ ਜਿਹੜਾ ਤੁਸੀਂ ਮਿੱਥਿਆ ਹੋਇਆ, ਅਤੇ ਨਾਲ ਕੋਈ ਹੋਰ ਵੀ ਜਿੱਦਾਂ ਕੋਈ ਵਹੀਕਲ ਵਗੈਰਾ ਵੀ ਤੁਹਾਡੇ ਨਾਲ ਚੱਲਦਾ, ਕਿਉਂਕਿ ਤੁਹਾਡਾ ਸਮਾਨ ਵਗੈਰਾ ਕਿਸ ਕਾਰ ਚੱਲ ਰਹੀ ਹੈ? ਸਪੋਰਟ ਵਹੀਕਲ ਜਿਹੜਾ ਥੋੜ੍ਹਾ ਅੱਗੇ ਨਿਕਲ ਗਿਆ ਇਸ ਟਾਈਮ 'ਤੇ, ਅਤੇ ਤਕਰੀਬਨ ਆਪਾਂ 60 ਕਿਲੋਮੀਟਰ ਦੇ ਆਸ ਪਾਸ ਆਪਾਂ ਸਫ਼ਰ ਰੋਜ਼ ਕੱਢਦੇ ਸੀਗੇ। ਕਿਸੇ ਦਿਨ ਰੋਡ ਬਹੁਤ ਤੁਸੀਂ ਦੇਖਿਆ ਹੋਏਗਾ ਰਾਸਤੇ 'ਚ ਬਹੁਤ ਖਰਾਬ ਸੀਗਾ, ਅਤੇ ਉਹਦੇ ਵਜ੍ਹਾ ਤੋਂ ਅਗਰ ਥੋੜ੍ਹਾ ਲੇਟ ਹੋ ਜਾਈਏ ਤਾਂ ਕਿਤੇ 50-55 ਨਿਕਲੇ ਹੋਣਗੇ, ਅਦਰਵਾਈਜ਼ ਆਪਾਂ ਰੋਜ਼ 60 ਕਿਲੋਮੀਟਰ ਦੇ ਆਸ ਪਾਸ ਕੱਢਿਆ ਹੈ ਸਫ਼ਰ। ਅਤੇ ਉਹ ਮੇਰੇ ਕੁਛ ਦੋਸਤ ਹੈ ਦੋ ਜਿਹੜੇ ਨਾਲ ਸਾਥ ਦੇ ਰਹੇ ਹੈ, ਉਹ ਜਿਹੜਾ ਮੇਰੇ ਖਾਣ ਪੀਣ ਦਾ ਧਿਆਨ ਜਾਂ ਮੇਰੇ ਬੈਂਡੇਜਿਸ ਦਾ ਧਿਆਨ, ਮੈਂ ਤੁਹਾਨੂੰ ਅਗਰ ਦਿਖਾਵਾਂ ਤਾਂ ਪੈਰਾਂ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ 'ਤੇ, ਬਟ ਇਹ ਕਿ ਹਾਂ ਹੁਣ ਨਿਬੜ ਚੁੱਕਾ ਹੈ, ਅੱਗੇ ਤਾਂ ਪਰਮਾਤਮਾ ਦੇ ਸਿਰੇ ਲਾਈ ਦੇਣਾ ਹੁਣ। ਮੋਟਿਵ ਕੀ ਹੈ, ਕੀ ਸੋਚ ਕੇ ਮਨ ਦੇ ਵਿੱਚ ਇਹ ਧਾਰਿਆ ਗੁਰੂ ਸਾਹਿਬਾਨ ਦੇ ਪ੍ਰਤੀ? ਇੱਕ ਤਾਂ ਪਿਆਰ ਨਾਲ ਜਿਹੜਾ ਆਪਾਂ ਪਿਆਰ ਮਨ ਦੇ ਵਿੱਚ ਹੁੰਦਾ ਹੈ, ਕੋਈ ਹੋਰ ਵੀ ਮਨ ਦੇ ਵਿੱਚ ਆਇਆ ਕਿ ਮੈਂ ਇਸ 500 ਕਿਲੋਮੀਟਰ ਦਾ ਪੈਂਡਾ ਚੱਲ ਕੇ, ਕੋਈ ਸੁਨੇਹਾ ਖਾਸ ਸੁਨੇਹਾ ਮਨ ਦੇ ਵਿੱਚ? ਇਹ ਸ਼ੁਕਰਾਨਾ ਹੈ, ਐਕਚੁਅਲੀ ਕੀ ਹੈ ਕਿ ਸਾਨੂੰ ਰੱਬ ਨੇ ਦਿੱਤਾ ਹੋਇਆ ਬਹੁਤ ਕੁਛ ਹੈ, ਆਪਣੀ ਲਾਈਫ ਬਹੁਤ ਈਜ਼ੀ ਹੈ, ਅਤੇ ਸਾਡੇ ਕੋਲ ਕੁਛ ਔਖਾ ਕਰਨ ਵਾਸਤੇ ਹੈ ਵੀ ਨਹੀਂ, ਅਤੇ ਹੁਣ ਇਹ ਤਾਂ ਮਾਲਕ ਜੀ ਨੂੰ ਸ਼ੁਕਰਾਨਾ ਦਿੱਤਾ ਆਪਾਂ, ਚਾਹੇ ਔਖਾ ਸੀਗਾ ਚਾਹੇ ਸੌਖਾ ਸੀਗਾ ਸਾਡੇ ਵੱਲ ਤੋਂ, ਇਹ ਉਹਨਾਂ ਨੂੰ ਬਸ ਇਹੀ ਹੈ ਕਿ ਤੁਹਾਡਾ ਸ਼ੁਕਰ ਹੈ, ਜੋ ਤੁਸੀਂ ਦਿੱਤਾ ਹੋਇਆ ਬਹੁਤ ਕੁਛ ਹੈ, ਮੰਗਣ ਕੁਛ ਨਹੀਂ ਆਏ, ਬਸ ਇਹੀ ਹੈ ਕਿ ਸ਼ੁਕਰੀਆ ਹੈ ਪਰਮਾਤਮਾ ਦਾ। ਇੱਥੋਂ ਵਾਪਸੀ ਫਿਰ ਕਿਸ ਤਰ੍ਹਾਂ ਵਹੀਕਲ 'ਚ?
ਹਾਂਜੀ ਉਹ ਜਿਹੜਾ ਆਪਣਾ ਨਾਲ ਵਹੀਕਲ ਚੱਲਿਆ ਹੋਇਆ, ਆਪਾਂ ਕੱਲ੍ਹ ਪਰਸੋਂ ਜਿੱਦਾਂ ਹੀ ਦਰਬਾਰ ਖੋਲ੍ਹਣਗੇ ਮੱਥਾ ਟੇਕ ਕੇ ਆਪਾਂ ਵਹੀਕਲ 'ਚ ਵਾਪਸੀ। ਸੋ ਇਹ ਸਨ ਜੌਨ ਜੌਨੀ ਜਿਹੜੇ ਚੰਡੀਗੜ੍ਹ ਤੋਂ ਕਰੀਬ 500 ਕਿਲੋਮੀਟਰ ਜਿਨ੍ਹਾਂ ਨੇ ਪੈਂਡਾ ਪੈਦਲ ਤੈਅ ਕੀਤਾ ਹੈ ਅਤੇ ਇੱਕ ਸੁਨੇਹਾ ਵੀ ਜਿਹੜਾ ਉਹ ਦਿੱਤਾ ਹੈ। ਕਈ ਵਾਰ ਅਸੀਂ ਸਫ਼ਰ ਦੇ ਵਿੱਚ ਜਾਂ ਆਪਾਂ ਵਾਹਨਾਂ ਦੀ ਗੱਲ ਕਰੀਏ ਤਾਂ ਵਾਹਨਾਂ ਦੇ ਵਿੱਚ ਸਫ਼ਰ ਕਰਨ ਤੋਂ ਗੁਰੇਜ਼ ਕਰਦੇ ਹਾਂ, ਪਹਾੜੀ ਰਸਤਾ ਹੈ, ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਪਰ ਫਿਰ ਵੀ ਇਹਨਾਂ ਨੇ ਗੁਰੂ ਸਾਹਿਬਾਨ ਪ੍ਰਤੀ ਆਪਣੀ ਸ਼ਰਧਾ ਨੂੰ ਜਿਹੜਾ ਉਹ ਜ਼ਾਹਰ ਕਰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ, ਪਰ ਉਹ ਸਿਰਫ਼ ਇੱਕ ਸ਼ੁਕਰਾਨੇ ਦੇ ਤੌਰ 'ਤੇ ਚੰਡੀਗੜ੍ਹ ਤੋਂ ਲੈ ਕੇ ਹੇਮਕੁੰਟ ਸਾਹਿਬ ਤੱਕ 500 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਪੈਦਲ ਜਿਹੜਾ ਤੈਅ ਕਰਕੇ ਗੁਰੂ ਸਾਹਿਬਾਨ ਦੇ ਜਿਹੜਾ ਚਰਨਾਂ ਦੇ ਵਿੱਚ ਉਹ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਕੈਮਰਾ ਪਰਸਨ ਗੁੰਜੀਤ ਦੇ ਨਾਲ ਪਰਮਜੀਤ ਸਿੰਘ, ABP ਸਾਂਝਾ, ਰਿਸ਼ੀਕੇਸ਼।